ਹੰਕਾਰਿਆ ਹੋਇਆ ਪ੍ਰਧਾਨ ਮੰਤਰੀ ਹੈ ਅਤੇ ਨਾਲ ਹੋਮ ਮਿਨਿਸਟਰ, ਇਹਨਾਂ ਨੂੰ ਐਂ ਲੱਗਦਾ ਵੀ ਸਾਡੇ ਉਹ ਜਿਹੜਾ ਹੰਕਾਰ ਹੈ ਉਹਨਾਂ 'ਚ ਬੋਲਦਾ ਆ। ਅਤੇ ਜਦੋਂ ਬੰਦਾ ਹੰਕਾਰੀ ਹੋ ਜਾਂਦਾ ਆ, ਹੰਕਾਰੀ ਬੰਦਾ ਹਮੇਸ਼ਾ ਹੀ ਮਾਰ ਖਾਂਦਾ ਆ। ਦੇਖੋ ਗੱਲ ਇਹ ਹੈ ਕਿ ਇਹ ਸਰਕਾਰ ਜਿਹੜੀ ਹੈ, ਇਸ ਸਰਕਾਰ ਤੋਂ ਇਸ ਗੱਲ ਦਾ ਭੁਲੇਖਾ ਆ ਕਿ ਸ਼ਾਇਦ ਜਿਹੜਾ ਇਹ ਜਨ ਅੰਦੋਲਨ ਆ ਇਹ ਦਿਨਾਂ ਨੂੰ ਟਾਲਣ ਦੇ ਨਾਲ ਦੱਬ ਜੂਗਾ। ਔਰ ਲਗਾਤਾਰ ਦੇਖ ਰਹੇ ਹਾਂ ਕਿ ਕਿੰਨੇ ਲੋਕ ਆ ਰਹੇ ਨੇ ਜਾਂ ਕਿੰਨੇ ਜਾ ਰਹੇ ਨੇ। ਮੈਂ ਦੇਖ ਰਿਹਾ ਪਿਛਲੇ 2-3 ਦਿਨਾਂ ਤੋਂ ਲੋਕਾਂ ਦੀ ਆਮਦ ਵੱਧ ਰਹੀ ਹੈ, ਜੋ ਆਪਣਾ ਕੰਮ ਧੰਦਾ ਆ ਉਹਨੂੰ ਬਚਾਉਣ ਦੀ। ਇਹ ਲੜਾਈ ਬਹੁਤ ਜ਼ਬਰਦਸਤ ਰੂਪ ਲੈ ਚੁੱਕੀ ਹੈ। ਸਰਕਾਰ ਨੇ ਬੜੀਆਂ ਕੋਸ਼ਿਸ਼ਾਂ ਕਰ ਲਈਆਂ, ਕੇਂਦਰ ਦੀ ਸਰਕਾਰ ਨੇ ਲੋਕਾਂ ਨੂੰ ਵੱਖਵਾਦੀ ਕਹਿਣ ਦੀਆਂ, ਲੋਕਾਂ ਨੂੰ ਪੰਜਾਬ ਦੇ ਇਕੱਲੇ ਕਿਸਾਨ ਦੀ ਲੜਾਈ ਨੂੰ ਬਣਾ ਕੇ ਹਰ ਤਰ੍ਹਾਂ ਦੇ ਹੱਥਕੰਡੇ ਵਰਤ ਲਏ। ਜਿਹੜਾ ਸਭ ਤੋਂ ਵੱਡਾ ਇਸ ਅੰਦੋਲਨ ਦੀ ਜਿਹੜੀ ਸਭ ਤੋਂ ਵੱਡੀ ਖੂਬਸੂਰਤੀ ਆ ਉਹ ਇਹ ਹੈ ਕਿ ਜਿਹੜਾ ਵੀ ਵਿਅਕਤੀ ਇੱਥੇ ਆ ਰਿਹਾ, ਜਿਹਨੇ ਕਦੀ ਵੀ ਸ਼ਾਇਦ ਜ਼ਿੰਦਗੀ 'ਚ ਡਿਸਿਪਲਿਨ ਨਾ ਰੱਖਿਆ ਹੋਵੇ, ਉਹ ਵੀ ਇੱਥੇ ਡਿਸਿਪਲਿਨ 'ਚ ਰਹਿ ਰਿਹਾ। ਅੱਜ ਦੇ ਜਿਹੜੇ ਹਾਲਾਤ ਨੇ ਕਰਨਾਟਕ ਦੇ ਵਿੱਚ, ਛੱਤੀਸਗੜ੍ਹ ਦੇ ਵਿੱਚ, ਮਹਾਰਾਸ਼ਟਰ ਦੇ ਵਿੱਚ ਕਿਸਾਨ ਉੱਠ ਚੁੱਕਿਆ ਆ, ਬੰਗਾਲ ਦੇ ਵਿੱਚ ਕਿਸਾਨ ਉੱਠ ਚੁੱਕਿਆ ਆ, ਇਹ ਦੇਸ਼ ਵਿਆਪੀ ਅੰਦੋਲਨ ਬਣ ਗਿਆ। ਦੇਸ਼ ਦਾ ਅੰਨਦਾਤਾ ਕਿਸਾਨ ਸੜਕਾਂ ਦੇ ਉੱਤੇ ਰਾਤਾਂ ਗੁਜ਼ਾਰ ਰਿਹਾ ਹੈ। ਤੁਸੀਂ ਦੇਖ ਸਕਦੇ ਹੋ ਕਿ ਫਤਿਹਗੜ੍ਹ ਸਾਹਿਬ ਦੀ ਸੰਗਤ ਵੱਲੋਂ ਦਿੱਲੀ ਸੋਨੀਪਤ ਦੇ ਨੇੜੇ ਲੰਗਰ ਲਗਾ ਕੇ ਜਿੱਥੇ ਕਿ ਕਿਸਾਨਾਂ ਦੀ ਸੇਵਾ ਕੀਤੀ ਜਾ ਰਹੀ ਹੈ ਵੱਡੀ ਗਿਣਤੀ ਵਿੱਚ। ਤੁਸੀਂ ਦੇਖ ਸਕਦੇ ਹੋ ਕਿ ਮੈਂ ਆਪਣੇ ਕੈਮਰਾਮੈਨ ਨੂੰ ਦਿਖਾਵਾਂ ਕਿ ਲੰਗਰ ਦਾ ਰਾਸ਼ਨ ਪਾਣੀ ਜਾਂ ਹੋਰ ਸਮੱਗਰੀ ਸਾਰੀ ਕਿ ਕਈ ਮਹੀਨਿਆਂ ਦਾ ਰਾਸ਼ਨ ਜਿਹੜਾ ਕਿ ਇੱਥੇ ਪੁੱਜਾ ਹੋਇਆ ਅਤੇ ਪੂਰੀ ਸੇਵਾ ਸ਼ਰਧਾ ਭਾਵਨਾ ਨਾਲ ਸੇਵਾ ਕੀਤੀ ਜਾ ਰਹੀ ਹੈ। ਉੱਥੇ ਕਿ ਫਤਿਹਗੜ੍ਹ ਸਾਹਿਬ ਦੇ ਹਲਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਵੱਲੋਂ ਵੀ ਧਰਨੇ ਦੇ ਵਿੱਚ ਸੇਵਾ ਕਰਕੇ ਆਪਣੀ ਸੇਵਾ ਦਾ ਜਿਹੜਾ ਯੋਗਦਾਨ ਪਾਇਆ ਜਾ ਰਿਹਾ ਹੈ। ਅਤੇ ਤੁਸੀਂ ਦੇਖ ਸਕਦੇ ਹੋ ਕਿ ਸੰਗਤ ਵਿੱਚ ਇੰਨਾ ਉਤਸ਼ਾਹ ਹੈ। ਜਿਹੜੇ ਖੇਤੀ ਕਾਨੂੰਨ ਜਿਹੜੇ ਕੇਂਦਰ ਵੱਲੋਂ ਪਾਸ ਕੀਤੇ ਉਹਨਾਂ ਨੂੰ ਰੱਦ ਕਰਾ ਕੇ ਹੀ ਸੰਗਤ ਨੇ ਜਿਹੜਾ ਕਿ ਕਿਸਾਨਾਂ ਵੱਲੋਂ ਇੱਥੋਂ ਵਤਨਾਂ ਨੂੰ ਵਾਪਸ ਪਰਤਣਗੇ। ਅਤੇ ਤੁਸੀਂ ਦੇਖ ਸਕਦੇ ਹੋ ਕਿ ਟਰਾਲੀਆਂ ਦੇ ਵਿੱਚ ਵੀ ਕਿਸਾਨਾਂ ਵੱਲੋਂ ਆਪਣੇ ਸੌਣ ਦੇ ਜਿਹੜੇ ਬੈੱਡਰੂਮ ਜਾਂ ਹੋਰ ਵੱਡੀ ਗਿਣਤੀ ਵਿੱਚ ਪ੍ਰਬੰਧ ਕੀਤੇ ਗਏ ਹਨ। ਉੱਥੇ ਹੀ ਸਾਡੇ ਨਾਲ ਮੌਜੂਦ ਨੇ ਐਡਵੋਕੇਟ ਜਗਜੀਤ ਸਿੰਘ, ਉਹਨਾਂ ਨਾਲ ਗੱਲ ਕਰਦੇ, ਉਹਨਾਂ ਦਾ ਕੀ ਕਹਿਣਾ ਹੈ? ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਦੇਖੋ ਜੀ, ਅੱਜ ਅਸੀਂ ਸਾਨੂੰ ਇੱਥੇ ਆ ਕੇ ਤਾਂ ਇਹ ਲੱਗ ਹੀ ਨਹੀਂ ਰਿਹਾ ਵੀ ਅਸੀਂ ਪੰਜਾਬ ਤੋਂ ਬਾਹਰ ਹਾਂ, ਲੱਗਦਾ ਵੀ ਸਾਰਾ ਹੀ ਪੰਜਾਬ ਇੱਥੇ ਆ ਗਿਆ। ਤੁਹਾਡੇ ਸਾਹਮਣੇ ਤੁਸੀਂ ਕੈਮਰੇ 'ਚ ਵੇਖਿਆ ਵੀ ਉਹਨਾਂ ਜਿਸ ਤਰੀਕੇ ਨਾਲ ਲੰਗਰ ਚੱਲ ਰਹੇ ਨੇ ਔਰ ਸੰਗਤ ਪੂਰੀ ਚੜ੍ਹਦੀ ਕਲਾ 'ਚ ਹੈ। ਮੈਨੂੰ ਲੱਗਦਾ ਵੀ ਇਹ ਕਾਨੂੰਨ ਰੱਦ ਕਰਵਾ ਕੇ ਹੀ ਪੰਜਾਬ ਜਾਣਗੇ, ਜਿਸ ਹਿਸਾਬ ਨਾਲ ਡੇਰੇ ਲਾਏ ਹੋਏ ਨੇ ਸੰਗਤ ਨੇ। ਧੰਨਵਾਦ ਜੀ। ਇਹ ਸਾਨੂੰ ਐਡਵੋਕੇਟ ਜਗਜੀਤ ਸਿੰਘ ਜੀ, ਜਿਨ੍ਹਾਂ ਨੇ ਕਿਹਾ ਕਿ ਕਿਸਾਨ ਆਪਣੇ ਕਾਨੂੰਨ ਜਿਹੜੇ ਖੇਤੀ ਕਾਨੂੰਨ ਨੇ ਉਹ ਰੱਦ ਕਰਾ ਕੇ ਹੀ ਜਾਣਗੇ। ਤੁਸੀਂ ਦੇਖ ਸਕਦੇ ਹੋ ਕਿ ਲੰਗਰ ਵਿੱਚ ਕਿੰਨੀ ਵੱਡੀ ਗਿਣਤੀ ਵਿੱਚ ਜਿੱਥੇ ਕਿ ਸੰਗਤੀ ਰੂਪ ਵਿੱਚ ਸੇਵਾ ਕਰ ਰਹੇ ਅਤੇ ਪੂਰੇ ਪ੍ਰਬੰਧ ਨੇ, ਪਾਣੀ ਦਾ ਹੋਰ ਸਾਰੇ ਸਬਜ਼ੀਆਂ ਦੇ ਵੀ ਪ੍ਰਬੰਧ ਨੇ। ਉੱਥੇ ਅਸੀਂ ਗੱਲ ਕਰਾਂਗੇ ਹਲਕਾ ਫਤਿਹਗੜ੍ਹ ਸਾਹਿਬ ਦੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਜੀ, ਉਹਨਾਂ ਨਾਲ ਗੱਲ ਕਰਦੇ ਹਾਂ, ਉਹਨਾਂ ਦਾ ਕੀ ਕਹਿਣਾ? ਸਤਿ ਸ਼੍ਰੀ ਅਕਾਲ ਜੀ। ਸਰ, ਅੱਜ ਫਿਰ ਖੇਤੀ ਕਿਸਾਨਾਂ ਨੇ 5ਵੀਂ ਵਾਰ ਮੀਟਿੰਗ ਸੀ, ਕਿਸਾਨਾਂ ਨਾਲ ਜੋ ਬੇਨਤੀਜਾ ਨਿਕਲੀ ਆ ਉਹਦੇ ਬਾਰੇ ਕੀ ਕਹਿਣਾ ਸਰ? ਦੇਖੋ, ਗੱਲ ਇਹ ਹੈ ਕਿ ਇਹ ਸਰਕਾਰ ਜਿਹੜੀ ਹੈ, ਇਸ ਸਰਕਾਰ ਤੋਂ ਇਸ ਗੱਲ ਦਾ ਭੁਲੇਖਾ ਆ ਕਿ ਸ਼ਾਇਦ ਜਿਹੜਾ ਇਹ ਜਨ ਅੰਦੋਲਨ ਆ ਇਹ ਦਿਨਾਂ ਨੂੰ ਟਾਲਣ ਦੇ ਨਾਲ ਦੱਬ ਜੂਗਾ, ਔਰ ਇਹ ਇਸ ਗੱਲ ਦੇ ਬੜੇ ਵੱਡੇ ਭੁਲੇਖੇ 'ਚ ਨੇ। ਪਰ ਇਹ ਇਹਨਾਂ ਨੂੰ ਜਿਵੇਂ ਦੇਖ ਰਹੇ ਹਾਂ, ਕਿਉਂਕਿ ਕਈ ਦਿਨਾਂ ਤੋਂ ਇੱਥੇ ਹੀ ਹੈ ਔਰ ਲਗਾਤਾਰ ਦੇਖ ਰਹੇ ਹਾਂ ਕਿ ਕਿੰਨੇ ਲੋਕ ਆ ਰਹੇ ਨੇ ਜਾਂ ਕਿੰਨੇ ਜਾ ਰਹੇ ਨੇ। ਮੈਂ ਦੇਖ ਰਿਹਾ ਪਿਛਲੇ 2-3 ਦਿਨਾਂ ਤੋਂ ਲੋਕਾਂ ਦੀ ਆਮਦ ਵੱਧ ਰਹੀ ਹੈ, ਔਰ ਇਹ ਜਿਹੜਾ ਹੈਗਾ ਆ ਇਹ ਧਰਨਾ ਜਿਹੜਾ ਕਿ ਪਹਿਲਾਂ 7 ਕਿਲੋਮੀਟਰ 'ਤੇ ਸੀ, ਫਿਰ ਇਹ 9 ਕਿਲੋਮੀਟਰ ਦੇ ਕਰੀਬ ਹੋਇਆ, ਅੱਜ ਇਹ ਤਕਰੀਬਨ 12-13 ਕਿਲੋਮੀਟਰ ਤੱਕ ਜਾ ਚੁੱਕਾ ਆ। ਔਰ ਲਗਾਤਾਰ, ਕਿਉਂਕਿ ਅਸੀਂ ਲੰਗਰ ਦਾ ਇੱਥੇ ਜਿਹੜਾ ਦੇਖ ਰਹੇ ਹਾਂ ਪਿਛਲੇ ਕਈ ਦਿਨਾਂ ਤੋਂ, ਤਾਂ ਇਹ ਦੇਖ ਰਹੇ ਹਾਂ ਕਿ ਲੰਗਰ ਦੇ ਵਿੱਚ ਜਿੱਥੇ ਪਹਿਲਾਂ 1 ਪੰਗਤ ਲੱਗਦੀ ਸੀ, ਫਿਰ 2 ਲੱਗੀਆਂ, ਹੁਣ ਤੁਸੀਂ ਦੇਖਿਆ ਹੋਊਗਾ ਵੀ 4-5 ਪੰਗਤਾਂ ਲੰਬੀਆਂ ਲਾਈਨਾਂ ਲੱਗ ਰਹੀਆਂ ਆ। ਔਰ ਲੰਗਰ ਦੇ ਦੀ ਜਿਹੜੀ ਸੇਵਾ ਦੇ ਵਿੱਚ, ਜਿੱਥੇ ਇਹ ਲੰਗਰ ਕੋਈ 10-12 ਬੰਦਿਆਂ ਤੋਂ ਸ਼ੁਰੂ ਕੀਤਾ ਸੀਗਾ, ਅੱਜ ਤੁਸੀਂ ਦੇਖ ਰਹੇ ਹੋ ਕਿ ਮੇਰੇ ਖਿਆਲ ਦੇ ਵਿੱਚ ਮਤਲਬ 40-50 ਬੰਦੇ ਬਣਾਉਣ ਵਰਤਾਉਣ ਅਤੇ ਉਹਦੇ 'ਚ ਲੱਗੇ ਹੋਏ ਨੇ। ਸੋ ਇਹ ਆਪਣੇ ਆਪ ਦੇ ਵਿੱਚ ਇੱਕ ਇਸ ਗੱਲ ਦਾ ਸਬੂਤ ਹੈ ਕਿ ਲੋਕਾਂ ਦੇ ਵਿੱਚ ਜੋ ਇੱਕ ਭਾਵਨਾ ਆ
ਆਪਣੀਆਂ ਆਪਣੇ ਵਿਰਸੇ ਨੂੰ ਬਚਾਉਣ ਦੀ, ਆਪਣੀ ਜ਼ਮੀਰ ਨੂੰ ਬਚਾਉਣ ਦੀ, ਆਪਣੀ ਜ਼ਮੀਨ ਨੂੰ ਬਚਾਉਣ ਦੀ, ਆਪਣੇ ਆਪਣਾ ਜੋ ਉਹਨਾਂ ਦਾ ਜੋ ਆਪਣਾ ਕੰਮ ਧੰਦਾ ਆ ਉਹਨੂੰ ਬਚਾਉਣ ਦੀ ਇਹ ਲੜਾਈ ਬਹੁਤ ਜ਼ਬਰਦਸਤ ਰੂਪ ਲੈ ਚੁੱਕੀ ਹੈ। ਸਰਕਾਰ ਨੇ ਬੜੀਆਂ ਕੋਸ਼ਿਸ਼ਾਂ ਕਰ ਲਈਆਂ, ਕੇਂਦਰ ਦੀ ਸਰਕਾਰ ਨੇ ਲੋਕਾਂ ਨੂੰ ਵੱਖਵਾਦੀ ਕਹਿਣ ਦੀਆਂ, ਲੋਕਾਂ ਨੂੰ ਪੰਜਾਬ ਦੇ ਇਕੱਲੇ ਕਿਸਾਨ ਦੀ ਲੜਾਈ ਨੂੰ ਬਣਾ ਕੇ ਹਰ ਤਰ੍ਹਾਂ ਦੇ ਹੱਥਕੰਡੇ ਵਰਤ ਲਏ। ਹੁਣ ਵੀ ਰੋਜ਼ ਮੀਟਿੰਗਾਂ ਦੇ ਦੌਰ ਨੂੰ ਬਣਾ ਕੇ ਫਿਰ ਉਹਨੂੰ ਅੱਗੇ ਪਾਉਣਾ, ਇਹ ਜਿਹੜਾ ਉਹਨਾਂ ਦਾ ਰਵੱਈਆ ਆ ਉਹਨਾਂ ਨੂੰ ਐਂ ਲੱਗਦਾ ਕਿ ਸ਼ਾਇਦ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਇਹਨਾਂ ਨੂੰ ਝੁਕਾ ਲਾਂਗੇ। ਅੱਜ ਹਰਿਆਣਾ ਜਿਹੜਾ ਆ ਬਹੁਤ ਵੱਡੀ ਗਿਣਤੀ ਦੇ ਵਿੱਚ ਪਿਛਲੇ 3 ਦਿਨਾਂ ਤੋਂ ਆ ਰਿਹਾ, ਬਹੁਤ ਵੱਡੀ ਗਿਣਤੀ 'ਚ ਯੂਪੀ ਆ ਰਹੀ ਆ, ਬਹੁਤ ਵੱਡੀ ਗਿਣਤੀ 'ਚ ਮੱਧਿਆ ਪ੍ਰਦੇਸ਼, ਰਾਜਸਥਾਨ, ਦਿੱਲੀ ਤੋਂ ਵੀ ਈਵਨ ਕਿ ਲੋਕ ਜਿਹੜੇ ਨੇ ਆਪ ਮੁਹਾਰੇ ਆ ਰਹੇ ਨੇ। ਹਰ ਵਿਅਕਤੀ ਆਪਣਾ ਯੋਗਦਾਨ ਪਾ ਰਿਹਾ ਜਿਹਦੇ ਕੋਲ ਜੋ ਕੁਛ ਹੈਗਾ ਆ। ਕੱਲ੍ਹ ਮੈਂ ਦੇਖਿਆ ਕਿ ਇੱਕ ਵਿਅਕਤੀ ਟੋਇਲਟ ਕਹਿੰਦਾ ਮੈਂ, ਮੇਰੇ ਕੋਲ ਤਾਂ ਇਹ ਹੈ ਵੀ ਇਹ ਹੈ ਵੀ ਮੈਂ ਟੋਇਲਟ ਬਣਾ ਸਕਦਾ ਹਾਂ ਟੈਂਪਰੇਰੀ, ਉਹ 4-5 ਟੋਇਲਟ ਬਣਾ ਗਿਆ। ਕਿ ਕੋਈ ਆਉਂਦਾ ਆ ਵਿਚਾਰੇ ਇਹਦੇ ਕੋਲ ਧਨੀਆ ਤਾਂ ਉਹ ਧਨੀਏ ਦਾ ਸੁੱਟ ਜਾਂਦਾ ਆ, ਕੋਈ ਆਉਂਦਾ ਆ ਆਲੂਆਂ ਦੀਆਂ ਬੋਰੀਆਂ ਸਿੱਟ ਜਾਂਦਾ ਆ, ਬਦਾਮ ਦੇ ਜਾਂਦੇ ਆ, ਕੋਈ ਮਤਲਬ ਹਰ ਚੀਜ਼ ਦੁੱਧ ਤੋਂ ਵਾਪਸ ਕਰਨਾ ਪੈਂਦਾ ਆ। ਮਤਲਬ ਆਹ ਪਾਣੀ ਦੀਆਂ ਦੇਖ ਲਓ ਕਿਵੇਂ ਢਾਂਗਾ ਲਾ ਕੇ ਬੋਤਲਾਂ ਦੀਆਂ, ਪਤਾ ਹੀ ਨਹੀਂ ਲੱਗਦਾ ਕੀ ਕਾਰਨ ਆ। ਜਿਹੜੇ ਕਿ 5ਵੀਂ ਵਾਰ ਮੀਟਿੰਗ ਹੋਈ ਆ, ਬੇਨਤੀਜਾ ਨਹੀਂ ਹੈ ਕਿ ਕਿਤੇ ਨਾ ਕਿਤੇ ਇਹ ਸਾਜਿਸ਼ ਨਹੀਂ ਕਿ ਕਿਸਾਨਾਂ ਨੂੰ ਟਕਰਾਉਣ ਦੀ ਕਿਤੇ। ਦੇਖੋ ਉਹ ਹਰ ਕੰਡੇ ਵਰਤ ਰਹੇ ਆ। ਜਿਹੜਾ ਸਭ ਤੋਂ ਵੱਡਾ ਇਸ ਅੰਦੋਲਨ ਦੀ ਜਿਹੜੀ ਸਭ ਤੋਂ ਵੱਡੀ ਖੂਬਸੂਰਤੀ ਆ ਉਹ ਇਹ ਹੈ ਕਿ ਜਿਹੜਾ ਵੀ ਵਿਅਕਤੀ ਇੱਥੇ ਆ ਰਿਹਾ, ਜਿਹਨੇ ਕਦੀ ਵੀ ਸ਼ਾਇਦ ਜ਼ਿੰਦਗੀ 'ਚ ਡਿਸਿਪਲਿਨ ਨਾ ਰੱਖਿਆ ਹੋਵੇ, ਉਹ ਵੀ ਇੱਥੇ ਡਿਸਿਪਲਿਨ 'ਚ ਰਹਿ ਰਿਹਾ। ਕੋਈ ਵੀ ਮਾੜੀ ਘਟਨਾ, ਕੋਈ ਵੀ ਮਾੜੀ ਸੋਚ, ਕੋਈ ਵੀ ਮਾੜੀ ਹਰਕਤ ਕੋਈ ਵੀ ਵਿਅਕਤੀ ਨਹੀਂ ਕਰ ਰਿਹਾ। ਸਿਰਫ ਇਹ ਹੈ ਕਿ ਇੱਕ ਦੂਜੇ ਨੂੰ ਸਮਝਾ ਰਹੇ ਆ ਵੀ ਆਪਣੇ ਇਸ ਅੰਦੋਲਨ ਨੂੰ ਕਿਤੇ ਮਤਲਬ ਇਹ ਸਰਕਾਰ ਜਿਹੜੀ ਹੈ ਉਹ ਨਾ ਕਰਦੇ ਕਿ ਕਿਸੇ ਤਰੀਕੇ ਨਾਲ ਸਾਡੇ ਅੰਦੋਲਨ ਨੂੰ ਕੋਈ ਹੋਰ ਰੂਪ ਦੇ ਕੇ ਇਹਨੂੰ ਖਤਮ ਕਰਨ ਵਾਲੇ ਪਾਸੇ ਨਾ ਜਾਵੇ। ਇਸ ਕਰਕੇ ਹਰ ਵਿਅਕਤੀ ਇਸ ਗੱਲ ਤੋਂ ਸੁਚੇਤ ਹੈ ਔਰ ਸਰਕਾਰ ਇਸ ਗੱਲ 'ਤੇ ਲੱਗੀ ਹੋਈ ਹੈ ਵੀ ਕੋਈ ਸਾਨੂੰ ਕਿਸੇ ਤਰੀਕੇ ਦਾ ਸਾਨੂੰ ਜਿਹੜਾ ਹੈਗਾ ਆ ਕੋਈ ਮਿਲੇ ਕੋਈ ਪੁਆਇੰਟ 'ਤੇ ਜਿਹਦੇ 'ਤੇ ਅਸੀਂ ਇਸ ਅੰਦੋਲਨ ਨੂੰ ਬਦਨਾਮ ਕਰੀਏ। ਪਰ ਇਸ ਗੱਲ ਨੂੰ ਹੁਣ ਸਰਕਾਰ ਨੂੰ ਵੀ ਸਮਝ ਆ ਗਈ ਹੈ ਕਿ ਇਹ ਅੰਦੋਲਨ ਜਿਹੜਾ ਹੈਗਾ ਆ ਅਸੀਂ ਬਦਨਾਮ ਨਹੀਂ ਕਰ ਸਕਦੇ, ਜੇ ਬਦਨਾਮ ਕਰਨ ਦੀ ਕੋਸ਼ਿਸ਼ ਕਰਨਗੇ ਤਾਂ ਲੋਕ ਉਹਨਾਂ ਨੂੰ ਮਾਫ਼ ਨਹੀਂ ਕਰਨਗੇ, ਕਿਉਂਕਿ ਇਹ ਝੂਠ ਦਾ ਪਲੰਦਾ ਜਿਹੜਾ ਚੱਲਣਾ ਨਹੀਂ ਗਾ। ਲੱਖਾਂ ਲੋਕਾਂ ਨੇ ਇਹ ਪ੍ਰਣ ਲਿਆ ਆ, ਕਰੋੜਾਂ ਲੋਕਾਂ ਦੀ ਜਿਹੜੀ ਇਹ ਮੰਗ ਹੈਗੀ ਹੈ, ਇਹ ਮੋਦੀ ਦੀ ਸਰਕਾਰ ਨੂੰ ਮੰਨਣੀ ਪੈਣੀ ਹੈ। ਔਰ ਇਹ ਜਿੰਨਾ ਮਰਜ਼ੀ ਦਲੀ ਹੁਣ ਅੱਜ ਦਾ ਜਿਹੜਾ ਅੱਜ ਦੇ ਜਿਹੜੇ ਹਾਲਾਤ ਨੇ ਕਰਨਾਟਕ ਦੇ ਵਿੱਚ, ਛੱਤੀਸਗੜ੍ਹ ਦੇ ਵਿੱਚ, ਮਹਾਰਾਸ਼ਟਰ ਦੇ ਵਿੱਚ ਕਿਸਾਨ ਉੱਠ ਚੁੱਕਿਆ ਆ, ਬੰਗਾਲ ਦੇ ਵਿੱਚ ਕਿਸਾਨ ਉੱਠ ਚੁੱਕਿਆ ਆ, ਇਹ ਦੇਸ਼ ਵਿਆਪੀ ਅੰਦੋਲਨ ਬਣ ਗਿਆ ਆ। ਔਰ ਇਹਦੇ ਵਿੱਚ ਜਿੱਥੇ ਆਪਣੀ 75% ਜਿਹੜੀ ਹੈਗੀ ਹੈ ਉਹ ਐਗਰੇਰੀਅਨ ਜਾਂ ਕਿਸਾਨੀ ਹੈ, ਇਸ ਦੇਸ਼ ਦੇ ਵਿੱਚ ਕਿਸਾਨ ਰੀੜ੍ਹ ਦੀ ਹੱਡੀ ਹੈ। ਤੁਸੀਂ ਰੀੜ੍ਹ ਦੀ ਹੱਡੀ ਦੇ ਉੱਤੇ ਜਦੋਂ ਵੀ ਕੋਈ ਅਟੈਕ ਕਰੋਗੇ ਅਤੇ ਜੇ ਇੱਕ ਵੀ ਨਸ ਦੱਬ ਗਈ ਤਾਂ ਤੁਹਾਡਾ ਜਿਹੜਾ ਹੈਗਾ ਆ ਧੜ ਜਿਹੜਾ ਆ ਉਹ ਅਧਰੰਗ ਹੋ ਜੂਗਾ, ਮਾਰਿਆ ਜਾਊਗਾ। ਇਹ ਰੀੜ੍ਹ ਦੀ ਹੱਡੀ 'ਤੇ ਅਟੈਕ ਕੀਤਾ ਆ ਬੀਜੇਪੀ ਦੀ ਮੋਦੀ ਸਰਕਾਰ ਨੇ। ਔਰ ਇਹ ਰੀੜ੍ਹ ਦੀ ਹੱਡੀ ਜਿਹੜੀ ਹੈਗੀ ਹੈ ਇਹ ਆਪਣੇ ਧੜ ਨੂੰ ਜਿਹੜਾ ਹੈਗਾ ਆ ਉਹਦੇ ਨਾਲ ਇਹ ਅਧਰੰਗ ਵਾਲਾ ਕੰਮ ਇਹਨਾਂ ਦਾ ਹੋਇਆ ਪਿਆ। ਭਾਜਪਾ ਜੀ ਤਾਂ ਫਿਰ ਵੀ ਇਹੀ ਮੀਟਿੰਗਾਂ ਦੇ ਵਿੱਚ ਕਹਿ ਰਹੇ ਨੇ ਕਿ ਜਿਹੜਾ ਇਹ ਕਾਨੂੰਨ ਆ ਇਹ ਕਿਸਾਨਾਂ ਦੇ ਹੱਕ ਲਈ ਆ। ਦੇਖੋ ਪਤਾ ਕੀ ਹੈ, ਇਹ ਹੰਕਾਰੀ ਹੋਈ ਸਰਕਾਰ ਹੈ, ਹੰਕਾਰਿਆ ਹੋਇਆ ਪ੍ਰਧਾਨ ਮੰਤਰੀ ਹੈ ਅਤੇ ਨਾਲ ਹੋਮ ਮਿਨਿਸਟਰ। ਇਹਨਾਂ ਨੂੰ ਐਂ ਲੱਗਦਾ ਵੀ ਸਾਡੇ ਉਹ ਜਿਹੜਾ ਹੰਕਾਰ ਹੈ ਉਹਨਾਂ 'ਚ ਬੋਲਦਾ ਆ, ਅਤੇ ਜਦੋਂ ਬੰਦਾ ਹੰਕਾਰੀ ਹੋ ਜਾਂਦਾ ਆ, ਹੰਕਾਰੀ ਬੰਦਾ ਹਮੇਸ਼ਾ ਹੀ ਮਾਰ ਖਾਂਦਾ ਆ, ਉਹਨੂੰ ਪਤਾ ਹੀ ਨਹੀਂ ਲੱਗਦਾ, ਪਰਮਾਤਮਾ ਉਹਦੀ ਬੁੱਧੀ ਭ੍ਰਿਸ਼ਟ ਕਰ ਦਿੰਦਾ ਆ ਔਰ ਉਹਨੂੰ ਪਤਾ ਹੀ ਨਹੀਂ ਲੱਗਦਾ ਵੀ ਮੈਂ ਕਰ ਕੀ ਰਿਹਾ ਹਾਂ। ਆਪਾਂ ਦੇਖਿਆ ਨਹੀਂ ਸੁਖਬੀਰ ਬਾਦਲ ਦਾ ਕੀ ਹਾਲ ਹੋਇਆ ਸੀ ਹੰਕਾਰ 'ਚ, ਹੰਕਾਰਿਆ ਹੀ ਸੀਗਾ ਨਾ। ਸੋ ਇਹ ਗੱਲ ਹੈ, ਇਸ ਕਰਕੇ ਹੰਕਾਰ ਕਦੀ ਵੀ ਕਿਸੇ ਇਨਸਾਨ ਨੂੰ ਕਿਸੇ ਵੀ ਉਹਦੀ ਜਿਹੜੀ ਤਾਕਤ ਹੈ ਉਹਦਾ ਅਹਿਸਾਸ ਨਹੀਂ ਹੋਣ ਦਿੰਦਾ ਕਿ ਉਹਦੀ ਤਾਕਤ ਦੀ ਜਿਹੜੀ ਇਹ ਗਲਤ ਵਰਤੋਂ ਕਿਵੇਂ ਕਰ ਰਿਹਾ। ਸੋ ਇਸ ਕਰਕੇ ਮੈਂ ਇਹ ਮਹਿਸੂਸ ਕਰਦਾ ਕਿ ਇਹਦਾ ਹੰਕਾਰ ਜਿਹੜਾ ਆ ਉਹ ਅਜੇ ਵੀ ਕਾਇਮ ਹੈ ਔਰ ਇਹ ਹੰਕਾਰ ਲੋਕ ਜਿਹੜੇ ਨੇ ਹਿੰਦੁਸਤਾਨ ਦੇ ਤੋੜ ਦੇਣਗੇ। ਔਰ ਜਿੱਥੋਂ ਤੱਕ ਗੱਲ ਹੈ ਇਸ ਅੰਦੋਲਨ ਦੀ, ਇਹ ਜਨ ਅੰਦੋਲਨ ਬਣ ਚੁੱਕਿਆ ਆ
और जन अंदोलन जिहड़ा हैगा आ कोई भी सरकार होवे कोई भी शासक होवे दुनिया का वड्डे तो वड्डा शासक होवे वो जन अंदोलन जिहड़ा हैगा आ फिर उहदी कुर्सी हिला दिंदा हुंदा। ये सन हलका विधायक कुलजीत सिंह नागरा जिन्होंने कहा कि यह जिहड़ा अंदोलन है जन अंदोलन बन चुका है तो जो जदों जन अंदोलन बन जाता तो वह किसी भी शासक या किसी भी मंत्र कोई भी हुंदा तो उसकी कुर्सी नूं हिला के ही दम लैंदा। किसान अपनी वड्डी गिनती दे विच जो कि दिल्ली दे विच अंदोलन ते बैठे ने ते जिहड़ा अंदोलन शिखरां ते पहुंचा है ते अपना अंदोलन की जित हासिल करके ही सरकार अपना जिहड़ा अंदोलन शांत करनगे। तुसीं देख सकदे हो कि वड्डी गिनती दे विच संगतां वल्लों जिथे कि जिथे संगती रूप में लंगर लगाए जा रहे ते सेवा भी की जा रही है ते जिहड़ा किसानां दी हमायत दे विच हर वर्ग आ के अपने लंगर लगा के लंगरां दी विच सेवा कर रहा उत्थे कि फतेहगढ़ साहिब वल्लों भी वड्डा योगदान पाया जा रहा है। ग्लोबल पंजाब तो रजिंदर सिंह भट्ट की विशेष रिपोर्ट। दुनिया विच हर पल किते ना किते कुछ ना कुछ वापरदा रहिंदा है। असी रिश्वत दे के काम करवाउणा ठीक समझदे हां। असी चोणां समय अखां बंद करके लीडर चुणदे हां। लोक विरोधी कानून बन जांदे हां पर असी बेखबर हुंदे हां। दंगे हुंदे ने, बलात्कार हुंदे ने, स्कैंडल हुंदे ने, लोकतंत्र विलकण लगदा है। चलंत मुद्दियां दी तह तक जाया करांगे, सुत्तियां नूं जगाया करांगे, झूठियां नूं भजाया करांगे। वेखो साडा खास प्रोग्राम चर्चा गली गली हर बुधवार तो शनिवार शाम 7:30 बजे ईटी तुहाडे अपने ग्लोबल पंजाब टीवी ते। हुण तुसी देख सकदे हो ग्लोबल पंजाब टीवी नूं। डाउनलोड करो साडी ऐप एंड्रॉइड जा iOS ते फ्री विच रोकू अते Amazon Fire टीवी ते जा Apple टीवी ते। नाल ही देख सकदे हो लाइव स्ट्रीमिंग www.globalpunjabtv.com ते।